ਜੀ ਕਦੋਂ ਕਦੋਂ ਤੁਸੀਂ ਆਏ ਹੋ ਤਾਂ ਕਿੰਨੇ ਕ ਜਿਹੜੇ ਮੈਂਬਰ ਨੇ ਆਏ ਹੋਏ ਕਿੰਨੇ ਕ ਟਰੈਕਟਰ ਟਰਾਲੀਆਂ ਲੈ ਕੇ ਆਏ ਹੋ ਸਾਡੇ ਪਿੰਡ ਤੋਂ ਜੀ 8-10 ਟਰੈਕਟਰ ਆਏ ਆ ਜੀ ਤੇ ਉਹ ਪਹਿਲੇ ਦਿਨ ਤੋਂ ਹੀ ਆਏ ਹੋਏ ਆ ਜੀ ਸ਼ੁਰੂ ਤੋਂ ਹੀ ਇਸ ਦੇ ਵਿੱਚ ਜਿਹੜੇ ਪਹਿਲਾਂ ਤਕਰਾਰਬਾਜ਼ੀਆਂ ਚੱਲਦੀਆਂ ਸੀ ਉਹ ਹੁਣ ਖਤਮ ਹੋ ਗਈਆਂ ਇਸ ਅੰਦੋਲਨ ਨੇ ਖਤਮ ਕਰਤੀਆਂ इमरान खान अज असी टिकरी बॉर्डर ते पहुंचे हां पहला तुहानू पहले दिन तो ही पल पल दी सही स्पष्ट ते सटीक जानकारी असी सिंघू बॉर्डर तो दे रहे सी अज असी इत्थे पहुंचे हां क्योंकि कई सवालों के जिहड़े जवाब ने वो लेने ने जिम्मेवारी बनती है मीडिया होने के नाते लोगों के जहन के गल्लां ने वो किसान आगुआ तो असी सवालों के जवाब लवेंगे जिम्मेवारी साड़ी बनती है ते नाल ही दर्शकों को यह दिखाने लिए असी पहुंचे हाँ कि आखिर जिमें सिंघू बॉर्डर कुंडली बॉर्डर से इकट्ठ आ कि आखिर टिकरी बॉर्डर से भी उंज ही इकट्ठ आ किन्ना कु इकट्ठ आ किन्ना कु नौजवानों के जोश आ किस तरह का बजुर्गों का होश आ लगातार तुहानू यह तस्वीर इन्हां सवालों के जवाब लेने लिए ही असी अज टिकरी बॉर्डर से पहुंचे हाँ काफला जिहड़ा टिकरी बॉर्डर से जिहड़ा ट्रैक्टरां दा वो तुहानू दिखा दिंदे आ किस तरह जिहड़े इत्थे ट्रैक्टर ट्रालियां वड्डी गिणती दे विच एक साइड ते लगे हाँ एक गीत दे तुसीं बोल सुने होणगे कि मैट्रो दे अगे अगे घोड़ा दौड़दा उही मैट्रो दी जिहड़ी मैट्रो आ मैट्रो स्टेशन ने इत्थे दो मैट्रो स्टेशन लंघ चुके ने उपर वाल एक बार तस्वीर दिखाना चाहांगा इत्थे ही दौड़दी आ मैट्रो मैट्रो दे बिल्कुल थल्ले जिहड़े ने जिहड़े ट्रैक्टर ट्रालियां ने किसान मैट्रो दे थल्ले डटे होए ने गीतां दे विच भी हुण बोल बजन लग गए ने इह तस्वीरां तुहानू दिखा रहे हां किस तरह ट्रैक्टर ट्रालियां काफला भी दिखावांगे किस तरह वड्डा जाम आ अज असी जिहड़े निकले हां टिकरी बॉर्डर ते निकले हां लगातार पहले दिन तो सिंघू बॉर्डर दीआं तस्वीरां तुहानू दिखा रहे सी ट्रैक्टर ते जांदे जांदे असी इहनां दे नाल गल्लबात भी करांगे जिहड़े इत्थे ट्रैक्टर लै के पहुंचे हुए ने किसान ने गल्लबात करांगे बई जी तुसीं कित्थों आए ते की नाम तुहाडा ਫਿਰੋਜ਼ਪੁਰ ਤੋਂ ਆਏ ਜੀ ਸਿਆਦੀ ਪਿੰਡ ਆ ਜੀ ਸਾਡਾ ਚਾਨਣ ਸਿੰਘ ਨਾਮ ਮੇਰਾ ਜੀ ਭਾਈ ਜੀ ਕਦੋਂ ਕਦੋਂ ਤੁਸੀਂ ਆਏ ਹੋ ਤਾਂ ਕਿੰਨੇ ਕ ਜਿਹੜੇ ਮੈਂਬਰ ਨੇ ਆਏ ਹੋਏ ਕਿੰਨੇ ਕ ਟਰੈਕਟਰ ਟਰਾਲੀਆਂ ਲੈ ਕੇ ਆਏ ਹੋ ਸਾਡੇ ਪਿੰਡ ਤੋਂ ਜੀ 8-10 ਟਰੈਕਟਰ ਆਏ ਆ ਜੀ ਤੇ ਉਹ ਪਹਿਲੇ ਦਿਨ ਤੋਂ ਹੀ ਆਏ ਹੋਏ ਆ ਜੀ ਸ਼ੁਰੂ ਤੋਂ ਹੀ ਤੇ ਹੁਣ ਜ਼ਿਮੀਂਦਾਰ ਜਾਵੜ ਦੇ 8-10 ਆ ਜਾਂਦੇ ਆ ਜਾਵੜ ਦੇ ਜੀ ਤੇ ਇੱਕ ਚੀਜ਼ ਜਾਣਨਾ ਚਾਹਾਂਗੇ ਜਿਵੇਂ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਆ ਗਏ ਤੇ ਜਿਹੜੀਆਂ ਪਿੰਡਾਂ ਦੇ ਵਿੱਚ ਤੁਹਾਡੀਆਂ ਫਸਲਾਂ ਬੀਜੀਆਂ ਹੋਈਆਂ ਨੇ ਉਹਨਾਂ ਦੀ ਦੇਖ ਰੇਖ ਕਿਵੇਂ ਚੱਲਦੀ ਆ ਵਾਹਵਾਹੀ ਕਿਵੇਂ ਚੱਲਦੀ ਆ ਉਹਨਾਂ ਦੀ ਸਾਡੇ ਪਿੰਡਾਂ 'ਚ ਬਹੁਤ ਜ਼ਿਆਦਾ ਜੀ ਜ਼ਿਮੀਂਦਾਰ ਆਪਸ 'ਚ ਇੱਕ ਦੂਜੇ ਦਾ ਸਹਿਯੋਗ ਦੇ ਰਹੇ ਆ ਜੀ ਇੱਕ ਦੂਜੇ ਦਾ ਪਾਣੀ ਵੀ ਲਾ ਰਹੇ ਆ ਸਪਰੇਆਂ ਵੀ ਕਰ ਰਹੇ ਆ ਰੇ ਸਪਰੇ ਜੋ ਖਾਦ ਵੀ ਪਾ ਰਹੇ ਆ ਜੀ ਇੰਨਾ ਸਹਿਯੋਗ ਮਿਲ ਰਿਹਾ ਜੀ ਆਪਸ ਦੇ ਵਿੱਚ ਜਿਹੜੇ ਪਹਿਲਾਂ ਤਕਰਾਰਬਾਜ਼ੀਆਂ ਚੱਲਦੀਆਂ ਸੀ ਉਹ ਹੁਣ ਖਤਮ ਹੋ ਗਈਆਂ ਇਸ ਅੰਦੋਲਨ ਨੇ ਖਤਮ ਕਰਤੀਆਂ ਹਾਂ ਜੀ ਇਸ ਅੰਦੋਲਨ ਨੇ ਬਿਲਕੁਲ ਹੀ ਖਤਮ ਕਰਤੀਆਂ ਜੀ ਪਿੰਡ 'ਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿੰਨੇ ਵੀ ਕਿਸਾਨ ਸਭ ਇੱਕ ਜੁੱਟ ਆ ਜੀ ਜਿੰਨੀਆਂ ਜਥੇਬੰਦੀਆਂ ਸਭ ਸਾਡੀਆਂ ਇੱਕ ਜੁੱਟ ਆ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਆਖਰ ਅੱਜ ਇੱਥੇ ਤੱਕ ਪਹੁੰਚਣ ਦੀ ਜ਼ਰੂਰਤ ਹੀ ਕਿਉਂ ਪਈ ਇਹ ਜੀ ਜਿਹੜੇ ਕਾਲੇ ਕਾਨੂੰਨ ਸੈਂਟਰ ਨੇ ਥੋਪੇ ਆ ਉਹਨਾਂ ਕਰਕੇ ਆਉਣ ਦੀ ਜ਼ਰੂਰਤ ਪਈ ਆ ਜੀ ਹੁਣ ਜਿੰਨੀਆਂ ਮੀਟਿੰਗਾਂ ਸਾਰੀਆਂ ਬੇਸਿੱਟਾ ਹੀ ਰਹੀਆਂ ਜੀ ਤੇ ਹੁਣ ਅਸੀਂ ਜੋ ਸਾਡੇ ਕਿਸਾਨ ਯੂਨੀਅਨ ਦਾ ਫੈਸਲਾ ਹੋਊਗਾ ਜੋ ਸਾਨੂੰ ਕਹਿਣਗੇ 26 ਤਰੀਕ ਨੂੰ ਹੁਕਮ ਹੋਊਗਾ ਉਸ ਹਿਸਾਬ ਨਾਲ ਚੱਲਾਂਗੇ ਜੀ ਕੀ ਲੱਗਦਾ ਹੁਣ ਟਰੈਕਟਰਾਂ ਤੇ ਜਿਹੜੇ ਸੜਕਾਂ ਦੇ ਉੱਤੇ ਟਰੈਕਟਰ ਨੱਚਣਗੇ ਕਿਉਂਕਿ ਜਿਹੜੀ ਟ੍ਰੇਲਰ ਦਿਖਾਇਆ ਸੀ ਟ੍ਰੇਲਰ ਦਿਖਾਉਣ ਦੇ ਨਾਲ ਸਰਕਾਰ ਨੂੰ ਚਿੰਤਾ ਵੱਧ ਗਈ ਸਰਕਾਰ ਦੀ ਤੇ ਹੁਣ 26 ਤਰੀਕ ਨੂੰ ਫਿਲਮ ਦਿਖਾਉਣ ਦੀ ਲੋੜ ਪਊਗੀ ਜਾਂ ਪਹਿਲਾਂ ਹੱਲ ਹੋ ਜੂ ਦਿਖਾਉਣੀ ਪਊਗੀ ਜੀ ਜੋ ਸਾਡੀਆਂ ਜਥੇਬੰਦੀਆਂ ਫੈਸਲਾ ਕਰਨਗੀਆਂ ਜਿਵੇਂ ਉਵੇਂ ਹੀ ਹੋਊਗਾ ਜੀ ਹਾਂਜੀ ਸੋ ਬਿਲਕੁਲ ਹਰ ਕੋਈ ਇਹੀ ਗੱਲ ਕਹਿ ਰਿਹਾ ਕਿ ਟ੍ਰੇਲਰ ਦਿਖਾਇਆ ਸੀ ਨੀਂਦਾਂ ਜ਼ਰੂਰ ਉੱਡੀਆਂ ਨੇ ਚਿੰਤਾ ਜ਼ਰੂਰ ਵਧੀ ਆ ਪਰ ਜਿਹੜੀ ਆ ਉਹ ਚਿੰਤਾ ਜੱਗ ਜ਼ਾਹਰ ਹੁੰਦੀ ਨਜ਼ਰ ਆ ਰਹੀ ਆ ਪਰ ਸ਼ੋਅ ਨਹੀਂ ਕਰ ਰਹੇ ਕੇਂਦਰ ਸਰਕਾਰ ਦਾ ਕੋਈ ਬੁਲਾਰਾ ਕਹਿ ਨਹੀਂ ਰਿਹਾ ਕਿ ਸਾਡੀਆਂ ਜਿਹੜੀਆਂ ਨੀਂਦਾਂ ਹਰਾਮ ਹੋਈਆਂ ਪਈਆਂ ਨੇ ਸੋ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਦਿਖਾਵਾਂਗੇ ਟਿਕਰੀ ਬਾਰਡਰ ਤੋਂ ਕਿਉਂਕਿ ਲੰਬਾ ਜਾਮ ਆ ਟਿਕਰੀ ਬਾਰਡਰ ਤੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਤੁਹਾਡੀ ਕਰਵਾਵਾਂਗੇ ਇੱਕ ਵਾਰ ਤਸਵੀਰਾਂ ਦਿਖਾ ਦਿੰਦੇ ਆ ਤੁਹਾਨੂੰ ਕਿਸ ਤਰ੍ਹਾਂ ਇੱਥੇ ਜਿਹੜੇ ਟਰੈਕਟਰ ਟਰਾਲੀਆਂ ਜਿਹੜੀਆਂ ਗੱਡੀਆਂ ਭਾਵੇਂ ਕਿ ਹਰਿਆਣਾ ਦੇ ਕਿਸਾਨ ਹੋਣ ਭਾਵੇਂ ਪੰਜਾਬ ਦੇ ਕਿਸਾਨ ਹੋਣ ਤਸਵੀਰ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ ਜਿਹੜੇ ਕਿਸਾਨ ਜਿਹੜੇ ਇੱਥੇ ਬੈਠੇ ਨੇ ਇਹ ਉਹੀ ਹਰਿਆਣਾ ਦੇ ਕਿਸਾਨ ਬੈਠੇ ਨੇ ਉਹੀ ਹਰਿਆਣਾ ਤੇ ਪੰਜਾਬ ਰਾਜਸਥਾਨ ਸਾਰੇ ਅੱਜ ਇੱਕਜੁੱਟ ਹੋਏ ਨੇ ਜਿਨ੍ਹਾਂ ਨੂੰ
ਸਰਕਾਰਾਂ ਦੇ ਵੱਲੋਂ ਹਮੇਸ਼ਾ ਹੀ ਬਖਰੇਵਾ ਕੀਤਾ ਜਾਂਦਾ ਸੀ, ਵੱਖ ਕੀਤਾ ਜਾਂਦਾ ਸੀ, ਵੱਖ ਕਰਨ ਦੇ ਯਤਨ ਕੀਤੇ ਜਾਂਦੇ ਸੀ, ਪਰ ਉਹ ਹਮੇਸ਼ਾ ਹੀ ਸਰਕਾਰਾਂ ਪਹਿਲਾਂ ਕਾਮਯਾਬ ਹੁੰਦੀਆਂ ਆਈਆਂ ਨੇ, ਪਰ ਇਸ ਅੰਦੋਲਨ ਨੇ ਉਹਨਾਂ ਦੀਆਂ ਕਾਮਯਾਬੀਆਂ 'ਤੇ ਪਾਣੀ ਫੇਰ ਦਿੱਤਾ, ਅੱਜ ਇੱਕਜੁੱਟ ਕਰ ਦਿੱਤਾ, ਦੇਸ਼ ਨੂੰ ਇੱਕਜੁੱਟ ਕਰ ਦਿੱਤਾ, ਦੇਸ਼ਾਂ ਦੇ ਨਾਲ ਨਾਲ ਵੀ ਵਿਦੇਸ਼ਾਂ ਤੱਕ ਵੀ ਜਿਹੜੀਆਂ ਆਵਾਜ਼ਾਂ ਨੇ ਇਹ ਉੱਠਣੀਆਂ ਸ਼ੁਰੂ ਹੋ ਗਈਆਂ। ਪਰ ਕੇਂਦਰ ਸਰਕਾਰ ਝੁਕੀ ਜ਼ਰੂਰ ਹੈ, ਚਿੰਤਾ ਜ਼ਰੂਰ ਹੈ, ਪਰ ਗੱਲਾਂ ਹਾਲੇ ਵੀ ਉਹੀ ਨੇ। ਭਾਵੇਂ ਕੇਂਦਰ ਦੇ ਮੰਤਰੀਆਂ ਦੀ ਗੱਲ ਕਰੀਏ, ਭਾਜਪਾ ਆਗੂਆਂ ਦੀ ਗੱਲ ਕਰੀਏ, ਭਾਜਪਾ ਆਗੂ ਹਰਜੀਤ ਗਰੇਵਾਲ ਦੇ ਜਿਹੜੇ ਤਲਖੀ ਤੇਵਰ ਹਾਲੇ ਵੀ ਦੇਖਣ ਨੂੰ ਮਿਲ ਰਹੇ ਨੇ। ਬੀਤੇ ਦਿਨੀ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਇੱਕ ਬਿਆਨ ਆਉਂਦਾ, ਬਿਆਨ ਦੇ ਵਿੱਚ ਉਹ ਕਹਿ ਰਹੇ ਨੇ ਕਿ ਜੋ ਮਰਜ਼ੀ ਕਰ ਲਓ, ਅਸੀਂ ਕਾਨੂੰਨ ਰੱਦ ਨਹੀਂ ਹੋਣੇ, ਅਤੇ ਜਿਹੜੇ ਚੈਨਲ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਚੁੱਕ ਰਹੇ ਨੇ ਉਹਨਾਂ ਨੂੰ ਸਿੱਧੀਆਂ ਸਿੱਧੀਆਂ ਗਰੇਵਾਲ ਦੇ ਵੱਲੋਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਇੱਥੇ ਜਿਹੜੀਆਂ ਟਰਾਲੀਆਂ ਟਰੈਕਟਰਾਂ ਦੇ ਵਿੱਚ ਕਿਸਾਨ ਬੈਠੇ ਨੇ। ਗੁਜ਼ਾਰਿਸ਼ ਕਰੂੰਗਾ ਇੱਕ ਵਾਰ ਤਸਵੀਰ ਦਿਖਾ ਦੇਣ ਕਿ ਕਿਸ ਤਰ੍ਹਾਂ ਜਿਹੜੀਆਂ ਟਰਾਲੀਆਂ ਨੇ, ਮੈਟਰੋ ਦਾ ਇਹ ਪੋਲਾ, ਮੈਟਰੋ ਦੇ ਪੁਲ ਦੇ ਥੱਲੇ ਜਿਹੜੇ ਨੇ ਕਿਸਾਨ ਬੈਠੇ ਨੇ, ਆਪਣੇ ਜਿਹੜੇ ਚੁੱਲ੍ਹੇ ਜਿਹੜੇ ਨਾਲ ਲੈ ਕੇ ਆਏ ਨੇ ਤਾਂ ਜੋ ਆਪਣੇ ਜਿਹੜੇ ਲੰਗਰ ਇੱਥੇ ਖੁਦ ਬਣਾ ਸਕਣ, ਕਿਉਂਕਿ ਜ਼ਰੂਰੀ ਹੈ ਜਦੋਂ ਬਾਹਰ ਰਹਿ ਰਹੇ ਨੇ। ਕੜਾਕੇ ਦੀ ਠੰਡ ਆ, ਕੜਾਕੇ ਦੀ ਠੰਡ ਦੇ ਬਾਵਜੂਦ ਪਰ ਇਹਨਾਂ ਦੇ ਜਿਹੜੇ ਹੌਸਲੇ ਨੇ, ਜਜ਼ਬੇ ਨੇ, ਇਸ ਠੰਡ ਦੇ ਠੰਡ ਨੂੰ ਇਹਨਾਂ ਨੇ ਮਾਤ ਪਾ ਦਿੱਤੀ। ਹੌਸਲੇ, ਜਜ਼ਬੇ, ਜਨੂੰਨ ਦਾ ਜਿਹੜਾ ਨਿੱਘਾ ਉਹ ਠੰਡ ਲੱਗਣੀ ਨਹੀਂ ਦਿੰਦਾ ਇਹਨਾਂ ਨੂੰ। ਕਿਸਾਨਾਂ ਦੇ ਅੱਜ ਜਿਹੜੇ ਨੇ ਬੁਲੰਦ ਹੌਸਲਿਆਂ ਦੇ ਕਰਕੇ ਅੱਜ ਕੇਂਦਰ ਸਰਕਾਰ ਨੂੰ ਬਿਪਤਾ ਪਾਈ ਹੋਈ ਹੈ ਇਹਨਾਂ ਬੁਲੰਦ ਹੌਸਲਿਆਂ ਨੇ। ਕਿਸਾਨਾਂ ਦੇ ਵੱਲੋਂ ਹੁਣ ਸਿਰਫ ਇੱਕੋ ਮੰਗ ਆ, ਇਹੀ ਮੰਗ ਆ ਕਿ ਸਾਨੂੰ ਇਹ ਕਾਨੂੰਨ ਮਨਜ਼ੂਰ ਨਹੀਂ ਹੈ। ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਉਦੋਂ ਤੱਕ ਇੱਥੋਂ ਜਾਣ ਵਾਲੇ ਨਹੀਂ ਹਾਂ। ਲਗਾਤਾਰ ਕਿਸਾਨ ਜਥੇਬੰਦੀਆਂ ਇਹੀ ਕਹਿ ਰਹੀਆਂ ਨੇ, ਭਾਵੇਂ ਕਿ ਟਿੱਕਰੀ ਬਾਰਡਰ ਹੋਵੇ, ਭਾਵੇਂ ਸਿੰਘੂ ਬਾਰਡਰ ਹੋਵੇ, ਭਾਵੇਂ ਕੁੰਡਲੀ ਬਾਰਡਰ, ਭਾਵੇਂ ਗਾਜ਼ੀਪੁਰ ਬਾਰਡਰ ਹੋਵੇ, ਹਰ ਇੱਕ ਬਾਰਡਰ 'ਤੇ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ। ਤੁਹਾਨੂੰ ਆਮ ਲੋਕਾਂ ਵੀ ਇੱਥੇ ਇੱਕ ਵਾਰ ਝਾਤ ਮਰਵਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ, ਮੁਸ਼ਕਿਲ, ਪਰੇਸ਼ਾਨੀ ਦਾ ਸਾਹਮਣਾ ਨਹੀਂ ਆ ਰਿਹਾ। ਰੇਹੜੀਆਂ ਲੱਗੀਆਂ ਹੋਈਆਂ ਨੇ, ਉਂਝ ਹੀ ਉਂਝ ਲੱਗੀਆਂ ਹੋਈਆਂ ਨੇ। ਆਮ ਲੋਕਾਂ ਦੀ ਜਿਹੜੀ ਆਵਾਜਾਈ ਆ, ਗੱਡੀਆਂ ਦੀ ਆਵਾਜਾਈ ਦੀ ਗੱਲ ਕਰੀਏ, ਲੋਕ ਜਿਹੜੇ ਨੇ ਆ ਰਹੇ ਨੇ, ਕਿਸੇ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ, ਕੋਈ ਰੋਕ ਟੋਕ ਨਹੀਂ। ਇੱਕ ਸਾਈਡ ਦੀ ਸੜਕ 'ਤੇ ਟਰੈਕਟਰ ਟਰਾਲੀਆਂ ਨੇ, ਪਰ ਦੂਜੀ ਸਾਈਡ ਦੀ ਜਿਹੜੀ ਸੜਕ ਆ ਉਸ 'ਤੇ ਲੋਕਾਂ ਦਾ ਜਿਹੜਾ ਆਉਣਾ ਜਾਣਾ ਉਹ ਲੱਗਿਆ ਹੋਇਆ ਹੈ। ਬਿਲਕੁਲ ਸ਼ਾਂਤੀਪੂਰਵਕ ਢੰਗ ਦੇ ਨਾਲ ਪ੍ਰਦਰਸ਼ਨ ਚੱਲ ਰਿਹਾ। ਸ਼ਾਇਦ ਸਰਕਾਰਾਂ ਦੇ ਜਿਹੜੀ ਮਨਸ਼ਾ ਸੀ ਇਹ ਸੀ ਕਿ ਸੰਘਰਸ਼ ਨੂੰ ਲੰਬਾ ਕੀਤਾ ਜਾਵੇ, ਤਾਂ ਜੋ ਲੰਬਾ ਸੰਘਰਸ਼ ਹੁੰਦਾ ਆ ਉਸਨੂੰ ਕਮਜ਼ੋਰ ਕਰਨਾ, ਤਾਰ ਪਿੱਡੋ ਕਰਨਾ ਆਸਾਨ ਹੁੰਦਾ। ਪਰ ਸਰਕਾਰਾਂ ਦੀ ਮਨਸ਼ਾ ਉੱਤੇ ਪਾਣੀ ਫੇਰ ਦਿੱਤਾ ਇਸ ਕਿਸਾਨੀ ਸ਼ਾਂਤੀਮਈ ਢੰਗ ਦੇ ਨਾਲ ਚੱਲ ਰਹੇ ਅੰਦੋਲਨ ਨੇ, ਕਿਉਂਕਿ ਸਰਕਾਰਾਂ ਕਾਮਯਾਬ ਨਹੀਂ ਹੋਈਆਂ। ਹੁਣ ਸਰਕਾਰਾਂ ਜਿੱਦ 'ਤੇ ਅੜੀਆਂ ਹੋਈਆਂ ਨੇ, ਭਾਜਪਾ ਆਗੂਆਂ ਦੇ ਵਿਵਾਦਿਤ ਬਿਆਨ ਨੇ। ਤੁਹਾਨੂੰ ਇੱਥੇ ਦੱਸ ਦਈਏ ਕਿ ਭਾਜਪਾ ਆਗੂ ਬਿਆਨ ਦੇ ਰਹੇ ਨੇ, ਪਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਹੁਣ ਇਹ ਫੈਸਲਾ ਲਿਆ ਗਿਆ ਕਿ ਹਰਜੀਤ ਗਰੇਵਾਲ ਅਤੇ ਸੁਰਜੀਤ ਸਿੰਘ ਜਿਆਣੀ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ। ਸਮਾਜਿਕ ਬਾਈਕਾਟ ਕਰ ਦਿੱਤਾ ਹਰਜੀਤ ਗਰੇਵਾਲ ਅਤੇ ਸੁਰਜੀਤ ਜਿਆਣੀ ਦਾ, ਕਿਉਂਕਿ ਕਿਸਾਨਾਂ ਦੇ ਪ੍ਰਤੀ ਇਸ ਸ਼ਾਂਤੀਮਈ ਢੰਗ ਦੇ ਨਾਲ ਬੈਠੇ ਹੋਏ ਇਹ ਦੇਸ਼ ਦੇ ਅੰਨਦਾਤਾ ਦੇ ਖਿਲਾਫ ਗਰੇਵਾਲ ਦੇ ਲਗਾਤਾਰ ਜਿਹੜੇ ਨੇ ਵਿਵਾਦਿਤ ਬਿਆਨ ਆ ਰਹੇ ਸੀ। ਭਾਵੇਂ ਕਿ ਉਹ ਬਿਆਨ ਇਹ ਹੋਵੇ ਕਿ ਕਿਸਾਨ ਜਿਹੜੇ ਲੀਡਰ ਨੇ ਉਹ 5-star ਹੋਟਲਾਂ ਦੇ ਵਿੱਚ ਸੌਂਦੇ ਨੇ, ਭਾਵੇਂ ਕਿ ਇਹ ਬਿਆਨ ਹੋਵੇ ਕਿ ਇੱਥੇ ਜਿਹੜੇ ਕਿਸਾਨ ਨੇ ਪਿਕਨਿਕਾਂ ਮਨਾਉਂਦੇ ਨੇ, ਅਜਿਹੇ ਹੀ ਵਿਵਾਦਿਤ ਬਿਆਨ ਆ ਰਹੇ ਨੇ। ਅਤੇ ਕੱਲ੍ਹ ਜਿਹੜਾ ਬਿਆਨ ਆਇਆ ਇੱਥੇ ਤੱਕ ਕਹਿ ਦਿੱਤਾ ਗਰੇਵਾਲ ਨੇ ਕਿ ਤੁਸੀਂ 26 ਜਨਵਰੀ ਨੂੰ ਨੇੜੇ ਵੀ ਨਹੀਂ ਲੱਗ ਸਕਦੇ, ਚੀਨ ਵੀ ਨੇੜੇ ਨਹੀਂ ਲੱਗ ਸਕਦਾ, ਤੁਸੀਂ ਤਾਂ ਕੀ ਹੋ। ਸਿੱਧਾ ਸਿੱਧਾ ਚੈਨਲਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹਰਜੀਤ ਗਰੇਵਾਲ ਦੇ ਵੱਲੋਂ। ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਟਿੱਕਰੀ ਬਾਰਡਰ 'ਤੇ ਅਸੀਂ ਪਹੁੰਚੇ ਹੋਏ ਹਾਂ, ਕਿੱਥੇ ਤੱਕ ਜਿਹੜਾ ਇਕੱਠ ਆ ਇਹ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ। ਕਿਸਾਨ ਆਗੂਆਂ ਦੇ ਨਾਲ ਵੀ ਤੁਹਾਡੀ ਲਗਾਤਾਰ ਅਸੀਂ ਗੱਲਬਾਤ ਕਰਵਾਉਂਦੇ ਰਹਾਂਗੇ। ਪਲ ਪਲ ਦੀ ਸਹੀ, ਸਪਸ਼ਟ ਅਤੇ ਸਟੀਕ ਜਾਣਕਾਰੀ ਲੈਣ ਲਈ ਦੇਖ ਸਕਦੇ ਹੋ ਹੌਸਲੇ ਬੁਲੰਦ ਨੇ। ਕਿਸਾਨ ਜ਼ਿੰਦਾਬਾਦ ਦੇ ਨਾਰੇ ਲੱਗ ਰਹੇ ਨੇ, ਮੋਦੀ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ। ਹੌਸਲੇ, ਜਜ਼ਬਿਆਂ ਨੇ ਠੰਡ ਨੂੰ ਜਿਹੜਾ ਧੁੰਦ ਨੂੰ ਠੰਡ ਨੂੰ ਫਿੱਕਾ ਪਾ ਦਿੱਤਾ। ਇਹਨਾਂ ਦੇ ਹੌਸਲਿਆਂ ਦਾ ਨਿੱਘ ਹੀ ਇੰਨਾ ਕਿ ਇਹਨਾਂ ਨੂੰ ਕੜਾਕੇ ਦੀ ਠੰਡ ਦੇ ਵਿੱਚ ਠੰਡ ਨਹੀਂ ਲੱਗਦੀ, ਕਿਉਂਕਿ ਜਦੋਂ ਹੌਸਲੇ ਬੁਲੰਦ ਹੋਣ ਤਾਂ ਹਰ ਇੱਕ ਜੰਗ
ਹੋਈ ਆ। ਕਿਸਾਨਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੁਣ ਦਿੱਲੀ ਦਾ ਕਿਲਾ ਵੀ ਫਤਿਹ ਕਰਕੇ ਜਾਵਾਂਗੇ। ਗੱਲਾਂ ਇਹ ਹੋ ਰਹੀਆਂ ਨੇ, ਨਾਰੇ ਇਹ ਲੱਗ ਰਹੇ ਨੇ ਕਿ ਜਾ ਕੇ ਪੁੱਛ ਲਈ ਦਿੱਲੀ ਦੇ ਕਿਲੇ ਨੂੰ ਕਿ ਬਘੇਲ ਸਿੰਘ ਕੌਣ ਸੀ। ਹੁਣ ਕਿਸਾਨ ਵੀ ਇਹੀ ਗੱਲ ਕਹਿ ਰਹੇ ਨੇ ਕਿ ਦਿੱਲੀ ਦਾ ਕਿਲਾ ਜਿੱਤਣ ਦੀ ਸਾਡੀ ਵਾਰੀ ਆ, ਜਾਂ ਜਿੱਤਾਂਗੇ ਜਾਂ ਮਰਾਂਗੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਅਸੀਂ ਆਪਣੇ ਘਰਦਿਆਂ ਨੂੰ ਕਹਿ ਚੁੱਕੇ ਹਾਂ ਕਿ ਸਾਡੀਆਂ ਜੇ ਅਸੀਂ ਜੰਗ ਜਿੱਤ ਕੇ ਆਏ ਤਾਂ ਗਲਾਂ ਦੇ ਵਿੱਚ ਫੁੱਲ ਪਾ ਦਿਓ, ਹਾਰ ਪਾ ਦਿਓ, ਜੇ ਅਸੀਂ ਮਰ ਕੇ ਆ ਗਏ ਤਾਂ ਫੋਟੋ 'ਤੇ ਹਾਰ ਪਾ ਦਿਓ। ਇੱਥੇ ਤੱਕ ਕਿਸਾਨਾਂ ਨੇ ਗੱਲਾਂ ਆਖ ਦਿੱਤੀਆਂ। ਹੁਣ ਜਿਹੜੀ ਇਹ ਜੰਗ ਆ, ਕਹਿ ਰਹੇ ਨੇ ਕਿ ਜਿੱਤੀ ਤਾਂ ਪਈ ਆ, ਬਸ ਐਲਾਨ ਹੋਣਾ ਬਾਕੀ ਹੈ। ਸੋ ਵਾਕੇ ਹੀ ਹੁਣ ਐਲਾਨ ਹੋਣਾ ਬਾਕੀ ਆ। ਕਿਸਾਨ ਜਥੇਬੰਦੀਆਂ ਇਹ ਫੈਸਲਾ ਕਰਕੇ ਤਹੱਈਆ ਕਰਕੇ ਆਈਆਂ ਨੇ ਕਿ ਅਸੀਂ ਜਦੋਂ ਤੱਕ ਨਹੀਂ ਮੁੜਾਂਗੇ, ਜਦੋਂ ਤੱਕ ਇਹ ਜੰਗ ਜਿੱਤਾਂਗੇ ਨਹੀਂ, ਜਦੋਂ ਤੱਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ। ਲਗਾਤਾਰ ਤੁਸੀਂ ਬਣੇ ਰਹੋ D5 ਚੈਨਲ ਪੰਜਾਬੀ ਦੇ ਨਾਲ। ਪਲ ਪਲ ਦੀ ਜਾਣਕਾਰੀ ਅੱਜ ਤੁਹਾਨੂੰ ਟਿੱਕਰੀ ਬਾਰਡਰ ਤੋਂ ਦਿੰਦੇ ਰਹਾਂਗੇ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।